ਅੱਜ ਗਾਇਕ ਸਤਵਿੰਦਰ ਬੁੱਗਾ ਦੇ ਘਰ ਇਹ ਜਿਹੜੀ ਵੱਡੀ ਮੰਦਭਾਗੀ ਘਟਨਾ ਵਾਪਰੀ ਹੈ, ਜਿਵੇਂ ਸਤਵਿੰਦਰ ਬੁੱਗਾ ਤੇ ਉਹਦੇ ਵੱਡੇ ਭਰਾ ਦਾ ਕਲੇਸ਼ ਕਿੰਨੇ ਟਾਈਮ ਤੋਂ ਚੱਲ ਰਿਹਾ ਸੀ ਤੇ ਅੱਜ ਲੜਾਈ ਦਰਮਿਆਨ ਹੀ ਬੁੱਗਾ ਦੀ ਭਰਜਾਈ ਦੀ ਜਿਵੇਂ ਮੌਤ ਹੋਈ ਹੈ, ਇਹ ਮਾਮਲਾ ਇੱਥੋਂ ਤੱਕ ਮੰਦਭਾਗੀ ਸਥਿਤੀ ਤੱਕ ਜਾ ਕੇ ਹੀ ਰੁਕਣਾ ਸੀ ਕਿਉਂਕਿ ਇਹ ਮਾਮਲਾ ਚੱਲ ਹੀ ਇਸੇ ਤਰ੍ਹਾਂ ਰਿਹਾ ਸੀ। ਹੁਣ ਇਹ ਸਾਰੀ ਘਟਨਾ ਦੀ ਜੜ ਕੀ ਹੈ, ਇਹਦੀ ਅਸਲ ਵਜ੍ਹਾ ਕੀ ਹੈ ਔਰ ਇਹਦਾ ਨਿਚੋੜ ਕੀ ਹੈ, ਇਹਦੇ ਤੇ ਆਪਾਂ ਗੱਲ ਕਰਾਂਗੇ। ਕਹਿੰਦੇ ਨੇ ਕਲੇ ਕਲੰਦਰ ਵਸੇ ਤੇ ਘੜਿਓਂ ਪਾਣੀ ਨਸੇ, ਭਾਵ ਜਿਹੜੇ ਘਰ ਦੇ ਵਿੱਚ ਕਲੇਸ਼ ਇੰਨਾ ਜ਼ਿਆਦਾ ਹੋਣ ਲੱਗ ਪਏ, ਜਿਵੇਂ ਸਤਵਿੰਦਰ ਬੁੱਗਾ ਤੇ ਉਹਦੇ ਭਰਾ ਦੇ ਵਿਚਾਲੇ ਹੱਦ ਹੋਈ ਪਈ ਸੀ, ਭਾਵੇਂ ਸਾਰੇ ਘਰਾਂ 'ਚ ਕਲੇਸ਼ ਚੱਲ ਰਹੇ ਨੇ ਜਾਇਦਾਦਾਂ ਨੂੰ ਲੈ ਕੇ, ਨਿੱਕੀ ਨਿੱਕੀ ਗੱਲ ਨੂੰ ਲੈ ਕੇ, ਪਰ ਇਹਨਾਂ ਦੇ ਘਰ ਦੇ ਵਿੱਚ ਜਿਵੇਂ ਇਹ ਦੋਨੋਂ ਭਰਾ ਨਿੱਕੇ ਨਿੱਕੇ ਮੁੱਦੇ ਤੇ ਰੋਜ਼ ਸੋਸ਼ਲ ਮੀਡੀਆ ਤੇ ਲਾਈਵ ਹੋ ਜਾਂਦੇ ਸੀ ਔਰ ਫਿਰ ਇੱਕ ਦੂਜੇ ਦੇ ਖਿਲਾਫ ਰੱਜ ਕੇ ਭੜਾਸ ਕੱਢਦੇ ਸੀ ਔਰ ਜਿਵੇਂ ਨਿੱਕੀ ਨਿੱਕੀ ਗੱਲ ਤੇ ਅੜੀਆਂ ਹੋ ਰਹੀਆਂ ਸੀ, ਤਾਂ ਫਿਰ ਇਹ ਮਾਮਲਾ ਕਤਲੋ ਗਾਤ ਤੱਕ ਤੇ ਇਸ ਮੰਦਭਾਗੀ ਘਟਨਾ ਤੱਕ ਜਾਣਾ ਹੀ ਜਾਣਾ ਸੀ। ਘਟਨਾ ਮੰਦਭਾਗੀ ਵਾਪਰੀ ਹੈ, ਦੁੱਖ ਹੈ, ਪਰ ਇਹ ਘਟਨਾ ਦਾ ਨਿਚੋੜ ਕੀ ਹੈ? ਨਿਚੋੜ ਪੰਜਾਬੀਓ ਇਹੀ ਹੈ, ਤੁਸੀਂ ਸਾਰੇ ਮੇਰੇ ਨਾਲੋਂ ਸਿਆਣੇ ਹੋ। ਦੇਖੋ ਨਿੱਕੀ ਜੀ ਥੋੜ੍ਹੀ ਜਿਹੀ ਜਾਇਦਾਦ ਨੂੰ ਲੈ ਕੇ ਦੋਨਾਂ ਦੇ ਵਿਚਾਰੇ ਪ੍ਰੋਬਲਮ ਸੀ। ਸਤਵਿੰਦਰ ਬੁੱਗਾ ਵੀ ਇੱਕ ਬੜਾ ਗਾਇਕੀ ਚੋਂ ਪੈਸਾ ਕਮਾਉਣ ਵਾਲਾ ਬੰਦਾ ਰਿਹਾ ਔਰ ਜ਼ਮੀਨ ਵੀ ਦੋ ਭਰਾਵਾਂ ਕੋਲੇ ਠੀਕ ਹੈ, ਇੰਨੀ ਮਾੜੀ ਨਹੀਂ ਹੈਗੀ, ਪਰ ਫਿਰ ਵੀ ਉਹਨਾਂ ਦੀ ਲੜਾਈ ਨਹੀਂ ਰੁਕੀ। ਅਸਲ ਵਜ੍ਹਾ ਅਸੀਂ ਜਿਹੜੇ ਸਿਸਟਮ 'ਚ ਰਹਿੰਦੇ ਹਾਂ ਨਾ, ਇਹਨੂੰ ਕਹਿੰਦੇ ਆ ਪੂੰਜੀਵਾਦੀ ਸਿਸਟਮ। ਪੂੰਜੀਵਾਦੀ ਸਿਸਟਮ 'ਚ ਸਾਡੇ ਦਿਮਾਗਾਂ 'ਚ ਵੜਿਆ ਪੂੰਜੀ ਦਾ ਧਨ ਦਾ ਲਾਲਚ ਔਰ ਇਹੀ ਲਾਲਚ ਘਰ ਘਰ ਸਿਆਪੇ ਪਾਈ ਬੈਠਾ, ਸਕੇ ਭਰਾਵਾਂ ਦਰਮਿਆਨ, ਪਿਓ ਪੁੱਤਰ ਦਰਮਿਆਨ, ਮਾਂ ਧੀ ਦਰਮਿਆਨ, ਆਂਢੀਆਂ ਗੁਆਂਢੀਆਂ ਵਿਚਾਲੇ, ਕਿਤੇ ਵੀ ਕੋਈ ਸਾਂਝ ਪਿਆਰ ਇਹਨੇ ਛੱਡਿਆ ਨਹੀਂ। ਇੱਥੋਂ ਤੱਕ ਪਤੀ ਪਤਨੀ, ਪ੍ਰੇਮੀ ਪ੍ਰੇਮਿਕਾ ਦੇ ਵਿਚਾਲੇ ਵੀ ਇਹ ਜਿਹੜਾ ਧਨ ਪੈਸਾ ਇਹ ਲੜਾਈਆਂ ਦਾ, ਝਗੜਿਆਂ ਦਾ ਤੇ ਕਤਲੋ ਗਾਰਤ ਦਾ ਕਾਰਨ ਜਿਹੜਾ ਉਹ ਬਣ ਰਿਹਾ। ਸਾਡੇ ਦਿਮਾਗਾਂ 'ਚ ਪੂੰਜੀ ਹੀ ਪੂੰਜੀ ਵੜ ਗਈ ਹੈ ਔਰ ਦੂਜੀ ਇੱਕ ਚੰਦਰਾ ਰਿਵਾਜ ਚੱਲ ਪਿਆ ਪਿਛਲੇ ਟਾਈਮ ਤੋਂ ਸੋਸ਼ਲ ਮੀਡੀਆ ਤੇ ਲਾਈਵ ਹੋਣ। ਹੁਣ ਪਤਾ ਨਹੀਂ ਕੀ ਇਹ ਬਿਮਾਰੀ, ਕਿਹੜੀ ਇਹ ਅਕਲ ਹੈ ਵੀ ਮਾੜੀ ਜੀ ਘਰ ਦੇ ਵਿੱਚ ਕੋਈ ਲੜਾਈ ਝਗੜਾ ਹੋ ਜੇ ਲੋਕੀ ਸੋਸ਼ਲ ਮੀਡੀਆ ਤੇ ਲਾਈਵ ਹੋ ਜਾਂਦੇ ਨੇ। ਪਹਿਲਾਂ ਉਹ ਗਾਇਕ ਲੈਂਪਰ ਹਸੈਨਪੁਰੀ ਤੇ ਉਹਦੀ ਘਰਵਾਲੀ ਦਾ ਹੋਈ ਪ੍ਰੋਬਲਮ ਤੇ ਉਹ ਸੋਸ਼ਲ ਮੀਡੀਆ ਤੇ ਆ ਕੇ ਜਲੂਸ ਕੱਢਿਆ ਰੱਜ ਕੇ, ਫਿਰ ਹੁਣ ਇਕੱਠੇ ਰਹਿੰਦੇ ਨੇ। ਫਿਰ ਆ ਜੋਤੀ ਨੂਰਾ ਗਾਇਕ ਜਿਹੜੀ ਆ, ਇਹ ਤੇ ਇਹਦਾ ਪਤੀ ਕੁਰਾਲ ਸੋਸ਼ਲ ਮੀਡੀਆ ਤੇ ਜਲੂਸ ਕੱਢਣ ਲਈ ਆ ਗਏ, ਫਿਰ ਹੁਣ ਗਾਇਕ ਸਤਵਿੰਦਰ ਬੁੱਗਾ ਤੇ ਇਹ ਹੋਰ ਵੀ ਕਿੰਨੇ ਲੋਕ, ਆਮ ਲੋਕ। ਮੈਨੂੰ ਲੱਗਦਾ ਹੈ ਜਦੋਂ ਲੜਾਈਆਂ ਝਗੜੇ ਹਰ ਘਰ 'ਚ ਹੈਗੇ ਨੇ, ਫਿਰ ਸੋਸ਼ਲ ਮੀਡੀਆ ਤੇ ਅਸੀਂ ਕੀ ਤਮਾਸ਼ਾ ਵਿਖਾਉਣਾ ਚਾਹੁੰਦੇ ਹਾਂ? ਆਪਣੀ ਖੇ ਕਹਿੰਦੇ ਕੁੱਕੜਾਂ ਖੇ ਉਡਾਈ ਤੇ ਆਪਣੇ ਸਿਰ 'ਚ ਪਾਈ, ਕਹਿੰਦੇ ਆਪਣਾ ਝੱਗਾ ਚੱਕਿਆ ਆਪਦਾ ਹੀ ਨੰਗ ਸਾਹਮਣੇ ਆਉਂਦਾ। ਪਰ ਪਤਾ ਨਹੀਂ ਕਿਉਂ ਇਹ ਜਿਹੜੇ ਪ੍ਰਸਿੱਧ ਗਾਇਕ ਹੋ ਜਾਂਦੇ ਨੇ ਜਾਂ ਕਈ ਲੋਕ ਹੋ ਜਾਂਦੇ ਨੇ, ਕੀ ਬਿਮਾਰੀ ਹੈ ਕਿ ਉਹ ਹੁਣ ਸੋਸ਼ਲ ਮੀਡੀਆ ਤੇ ਮਤਲਬ ਉਹ ਸਾਰਾ ਜਲੂਸ ਕੱਢਣ ਲੱਗ ਜਾਂਦੇ ਇੱਕ ਦੂਜੇ ਦਾ। ਅੱਜ ਸਤਵਿੰਦਰ ਬੁੱਗੇ ਦਾ ਭਰਾ ਇਹ ਕਹਿ ਰਿਹਾ, ਪਹਿਲਾਂ ਤਾਂ ਸਤਵਿੰਦਰ ਬੁੱਗੇ ਦਾ ਭਰਾ ਸਵੇਰੇ ਲਾਈਵ ਹੋਇਆ, ਲਾਈਵ ਹੋਇਆ ਤੇ ਉਦੋਂ ਇਹਨਾਂ ਦੋਵਾਂ ਭਰਾਵਾਂ ਦੀ ਲੜਾਈ ਹੋ ਰਹੀ ਸੀ। ਉਹਦਾ ਭਰਾ ਕਹਿ ਰਿਹਾ ਸੀ, ਸਤਵਿੰਦਰ ਬੁੱਗੇ ਦਾ ਵੱਡਾ ਭਰਾ, ਉਹ ਕਹਿ ਰਿਹਾ ਸੀ ਆਹ ਵੇਖੋ ਬੁੱਗੇ ਨੇ ਮੇਰੀ ਪੱਗ ਲਾਹ ਤੀ, ਆਹ ਦੇਖੋ ਹੁਣ ਇਹ ਮੈਨੂੰ ਮਾਰਨ ਆ ਰਿਹਾ ਡਾਂਗ ਲੈ ਕੇ।
ਸੱਚੀ ਮੁੱਚੀ ਸਤਵਿੰਦਰ ਬੁੱਗਾ ਕੁਛ ਚੱਕ ਕੇ ਤੇ ਉਹਨੂੰ ਮਾਰਨ ਦੇ ਵੱਲ ਆ ਰਿਹਾ ਸੀਗਾ, ਉਹ ਵੀਡੀਓ 'ਚ ਜੋ ਨਜ਼ਰ ਆ ਰਿਹਾ। ਉਸ ਤੋਂ ਬਾਅਦ ਕੁਝ ਮਿੰਟਾਂ ਬਾਅਦ ਇਹ ਖਬਰ ਆ ਗਈ ਵੀ ਵੇਖੋ ਜੀ ਉਹਦੀ ਭਰਜਾਈ ਦੀ ਲੜਾਈ ਝਗੜੇ ਦੇ ਦਰਮਿਆਨ ਮੌਤ ਹੋ ਗਈ। ਸਤਵਿੰਦਰ ਬੁੱਗੇ ਦਾ ਭਰਾ ਇਹ ਦੋਸ਼ ਲਾ ਰਿਹਾ, ਉਹ ਕਹਿੰਦਾ ਵੀ ਲੜਾਈ ਦੇ ਦਰਮਿਆਨ ਮੇਰੀ ਘਰਵਾਲੀ ਵਿਚਾਲੇ ਆ ਗਈ, ਉਹ ਵੀ ਬੋਲਣ ਲੱਗ ਗਈ ਤੇ ਬੁੱਗੇ ਨੇ ਉਹਨੂੰ ਧੱਕਾ ਮਾਰਿਆ ਤੇ ਉਹ ਸਿਰ ਪਰ ਨੇ ਪਿੱਛੇ ਕੰਧ ਨਾਲ ਵੱਜੀ, ਉੱਥੇ ਬੇਹੋਸ਼ ਹੋ ਗਈ ਤੇ ਬਾਅਦ 'ਚ ਉਹਦੀ ਮੌਤ ਹੋ ਗਈ। ਹੁਣ ਤੁਸੀਂ ਦੇਖੋ ਯਾਰ, ਇਹ ਜਿਹੜੀਆਂ ਕਰੋੜਾਂ ਸਾਲ ਪਹਿਲਾਂ ਧਰਤੀ ਬਣੀ, ਮਿੱਟੀ ਬਣੀ ਤੇ ਮਿੱਟੀ ਉੱਥੇ ਦੀ ਉੱਥੇ ਪਈ ਰਹਿਣੀ ਹੈ ਤੇ ਬੰਦਾ ਆਪਦੇ ਲਾਲਚ ਕਰਕੇ ਆਪਦੀ ਜ਼ਿੰਦਗੀ ਜਿਉਣੀ ਭੁੱਲ ਗਿਆ। ਮੈਂ ਵੀ ਉਹਦੇ 'ਚ ਆਉਣਾ, ਤੁਸੀਂ ਸਾਰੇ ਵੀ ਉਹਦੇ 'ਚ ਆਉਣੇ ਹੋ। ਕੁਝ ਕੁ ਬੰਦੇ ਹੈਗੇ ਨੇ ਜਿਹੜੇ ਇਸ ਲਾਲਚ ਸਵਾਰਥ ਤੋਂ ਬਚ ਕੇ ਜ਼ਿੰਦਗੀ ਜਿਉਂ ਰਹੇ ਨੇ, ਬੜੀ ਨਜ਼ਾਰੇਦਾਰ ਤੇ ਮਜ਼ੇਦਾਰ ਜ਼ਿੰਦਗੀ ਉਹ ਜਿਉਂਦੇ ਨੇ। ਕਈ ਮੈਂ ਇਹੋ ਜਿਹੇ ਘਰ ਵੇਖੇ ਨੇ ਜਿੱਥੇ ਚਾਰ ਚਾਰ ਪੰਜ ਪੰਜ ਸਾਲ ਕੋਈ ਜੀ ਉੱਚੀ ਬੋਲਦਾ ਹੀ ਨਹੀਂ, ਕੋਈ ਲੜਾਈ ਝਗੜਾ ਕਲੇਸ਼ ਹੈ ਹੀ ਨਹੀਂ, ਪਰ ਉੱਥੇ ਇੱਕ ਚੀਜ਼ ਹੈ ਕਿ ਇੱਕ ਤਾਂ ਸਹਿਣ ਸ਼ਕਤੀ ਬਰਦਾਸ਼ਤ ਮਾਦਾ ਤੇ ਦੂਜਾ ਲਾਲਚ ਸਵਾਰਥ ਨਹੀਂ ਹੈਗਾ। ਵਰਨਾ ਇਸ ਦੌਰ ਦੇ ਵਿੱਚ ਹੋਛਾਪਣ ਇੰਨਾ ਭਾਰੂ ਹੋ ਗਿਆ, ਹਰ ਬੰਦਾ ਹੀ ਹੋਛਾ ਹੋਇਆ ਫਿਰਦਾ ਤੇ ਹੋਛੇਪਣ ਨੂੰ ਲੋਕ ਨਾ ਬਹਾਦਰੀ ਸਮਝਣ ਲੱਗ ਪਏ। ਇੱਥੇ ਸਾਰੀ ਪ੍ਰੋਬਲਮ ਹੈ। ਮੈਨੂੰ ਲੱਗਦਾ ਮੈਨੂੰ ਵੀ ਸਿੱਖਣਾ ਤੇ ਸਮਝਣਾ ਚਾਹੀਦਾ ਤੇ ਤੁਹਾਨੂੰ ਵੀ, ਕਿਉਂਕਿ ਜ਼ਿੰਦਗੀ ਜਿਉਣ ਲਈ ਹੈ। ਕਰੋੜਾਂ ਸਾਲਾਂ ਦੇ ਮਨੁੱਖੀ ਜੀਵਨ ਦੇ ਇਤਿਹਾਸ 'ਚ ਸਾਨੂੰ ਜਿਹੜੇ ਕੋਈ 30, 40, 50 ਸਾਲ ਮਿਲਦੇ ਨੇ, ਇਹ ਬੜਾ ਹੀ ਸੁਪਨੇ ਵਰਗਾ ਥੋੜਾ ਜਿਹਾ ਸਮਾਂ ਹੈ, ਜਿਹਨੂੰ ਕਹਿੰਦੇ ਨੇ ਜ਼ਿੰਦਗੀ 4 ਦਿਨਾਂ ਦੀ। ਸੱਚੀ ਮੁੱਚੀ ਇਹ 4 ਦਿਨਾਂ ਦਾ ਇੱਕ ਭੁਲੇਖੇ ਜੇ ਵਰਗੀ ਜ਼ਿੰਦਗੀ ਹੈ। ਲੋਕੀ ਮਾਰ ਲੜ ਲੜ ਕੇ, ਝਗੜ ਝਗੜ ਕੇ, ਤੂੰ ਤੂੰ ਮੈਂ, ਉਹ ਯਾਰ ਅਸੀਂ ਵੀ ਵਿੱਚੇ ਹੀ ਆਉਣੇ ਹਾਂ, ਪਰ ਇਹ ਠੀਕ ਨਹੀਂ ਗਾ। ਕੋਸ਼ਿਸ਼ ਕਰਨੀ ਚਾਹੀਦੀ ਹੈ ਸਾਨੂੰ ਜਿੰਨਾ ਹੋ ਸਕੇ, ਅਸੀਂ ਬਿਨਾਂ ਲੜੇ ਝਗੜੇ, ਬਿਨਾਂ ਆਲਤੂ ਫਾਲਤੂ ਗੱਲਾਂ ਕੀਤਿਆਂ ਸਮਾਂ ਬਤੀਤ ਕਰੀਏ। ਮੁੱਦੇ ਕਿੰਨੇ ਨੇ ਲੜਾਈ ਦੇ, ਜਿੰਨੇ ਬਣਾ ਲਓ ਓਨੇ। ਵੇਖੋ ਸੁਭਾਅ ਪੱਕ ਜਾਂਦਾ, ਆਦਤ ਪੱਕ ਜਾਂਦੀ ਹੈ। ਜਿਹੜੇ ਲੋਕਾਂ ਨੇ ਕਲੇਸ਼ ਕਰਨਾ ਤੇ ਲੜਨਾ ਹੈ ਉਹਨਾਂ ਨੂੰ ਕੋਈ ਰੋਕ ਨਹੀਂ ਸਕਦਾ, ਉਹਨਾਂ ਕੋਲ ਮੁੱਦੇ ਵਾਧੂ, ਤੇ ਜਿਨ੍ਹਾਂ ਨੇ ਲੜਨਾ ਨਹੀਂ, ਜਿਨ੍ਹਾਂ ਦਾ ਸੁਭਾਅ ਸ਼ਾਂਤ ਰਹਿਣਾ, ਉਹਨਾਂ ਨੂੰ ਮੁੱਦਾ ਲੱਭਦਾ ਹੀ ਨਹੀਂ ਸਾਲ ਸਾਲ ਲੜਨ ਵਾਸਤੇ। ਸੋ ਇਹਨਾਂ ਗੱਲਾਂ ਨੂੰ ਸਮਝਣ ਦੀ ਲੋੜ ਹੈ। ਹੁਣ ਅੱਜ ਸਤਵਿੰਦਰ ਬੁੱਗੇ ਦੇ ਘਰ 70 ਵਿਛਿਆ, ਅੱਜ ਸਤਵਿੰਦਰ ਬੁੱਗੇ ਦੇ ਘਰ ਇੱਕ ਵੱਡੇ ਭਰਾ ਦੀ ਘਰਵਾਲੀ ਤੁਰ ਗਈ, ਤੇ ਜੇ ਸਤਵਿੰਦਰ ਬੁੱਗੇ ਤੇ ਹੁਣ ਕੇਸ ਪੈ ਗਿਆ, ਜਿਵੇਂ ਕਿ ਉਹਦਾ ਭਰਾ ਕਹਿੰਦਾ ਲੜਾਈ ਦੇ ਵਿੱਚ ਸਤਵਿੰਦਰ ਬੁੱਗੇ ਨੇ ਉਹਦਾ ਭਰਾ ਕਹਿੰਦਾ ਵੀ ਧੱਕਾ ਮਾਰਿਆ ਮੇਰੇ ਘਰਵਾਲੀ ਨੂੰ, ਉਹਦਾ ਸਿਰ ਕੰਧ ਨਾਲ ਵੱਜਿਆ ਤਾਂ ਉਹਦੀ ਮੌਤ ਹੋਈ ਹੈ, ਤਾਂ ਫਿਰ ਦੋਨੋਂ ਬਰਬਾਦ ਹੋ ਗਏ ਨਾ। ਭਰਾ ਤਾਂ ਬਰਬਾਦ ਹੋ ਗਿਆ ਕਿਉਂਕਿ ਜੀਵਨ ਸਾਥਣ ਤੁਰ ਗਈ, ਤੇ ਜਿਹੜਾ ਜੇਲ੍ਹ ਚਲਾ ਗਿਆ ਉਹ ਵੀ ਬਰਬਾਦ ਹੀ ਹੈ। ਤੇ ਵੈਸੇ ਜਿਸ ਦਿਨ ਤੋਂ ਇਹ ਦੋਨੋਂ ਭਰਾ ਥੋੜੀ ਜਿਹੀ ਜਾਇਦਾਦ ਦੇ ਮੁੱਦੇ ਨੂੰ ਲੈ ਕੇ ਤੂੰ ਤੂੰ ਮੈਂ ਲੜਾਈ ਝਗੜੇ 'ਚ ਪਏ ਨੇ, ਉਸ ਦਿਨ ਤੋਂ ਹੀ ਇਹ ਆਪਦੀ ਜ਼ਿੰਦਗੀ ਬਰਬਾਦ ਕਰ ਹੀ ਚੁੱਕੇ ਨੇ। ਆਪਾਂ ਸਾਰੇ ਵੀ ਇਸੇ ਗਲਤ ਸੋਚ ਦਾ ਹਿੱਸਾ ਹੈਗੇ ਹਾਂ। ਬਹੁਤ ਮਿਹਰਬਾਨੀ, ਸ਼ੁਕਰੀਆ।